ਅਸਲਾਮੁ ਅਲੈਕੁਮ ਦੋਸਤੋ ਅੱਜ ਮੈਂ ਤੁਹਾਡੇ ਵਾਸਤੇ ਇਹ ਪੰਜ ਕਨਾਲ ਯਾਨੀ ਕਿ ਇੱਕ ਵਿਗਾ ਤੇ ਇੱਕ ਕਨਾਲ ਉਪਰ ਇਹ ਜ਼ਰਈ ਐਂਡ ਕਮਰਸ਼ੀਅਲ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਮੌਕੇ ਤੇ ਗੰਦਮ ਦੀ ਕਾਸ਼ਤ ਹੋ ਚੁੱਕੀ ਹੈ ਆਪਣੀ ਇਹ ਪੰਜ ਕਨਾਲ ਜ਼ਮੀਨ ਇਹ ਤੁਹਾਡੇ ਸਾਹਮਣੇ ਦੋਸਤੋ ਇਹ ਪੰਜ ਕਨਾਲ ਜ਼ਮੀਨ ਤੇ ਉਨਾ ਹੀ ਦਾ ਫਰੰਟ ਹੈ ਯਾਨੀ ਕਿ ਪੰਜ ਕਨਾਲ ਦਾ ਹੀ ਇਹਦਾ ਫਰੰਟ ਤੇ ਮੁਕੰਮਲ ਜ਼ਮੀਨ ਜਿਹੜੀ ਕਿ ਆਪਣੀ ਐਪੀਏ ਫਰੰਟ ਤੇ ਕਾਰਪਟ ਰੋਡ ਦੇ ਉੱਪਰ ਇਨ ਦਾ ਫਰੰਟ ਤੇ ਇਸ ਕਾਰਪਟ ਰੋਡ ਦੇ ਉੱਪਰ ਤੇ ਬਿਜਲੀ ਦੋਸਤਾਂ ਦੇ ਸਾਹਮਣੇ ਆਪਾਂ ਖੰਭੇ ਦਿਖਾ ਚੁੱਕੇ ਆ ਦੁਬਾਰਾ ਫਿਰ ਦਿਖਾਦੇ ਨੇ ਆ ਵੇਖੋ ਇਹ ਕਾਰਪਟ ਰੋਡ ਤੇ ਖੰਭੇ ਮੌਕੇ ਤੇ ਮੌਜੂਦ ਕਿ ਬਿਜਲੀ ਮੌਕੇ ਤੇ ਮੌਜੂਦ ਹੈ ਸਾਹਮਣੇ ਆਪਣੀ ਜ਼ਮੀਨ ਹੈ ਇਹ ਗੰਧਮ ਦੀ ਕਾਸ਼ਤ ਦੇ ਤੇ ਕਿ ਡਰੈਨ ਦੇ ਜ਼ਰੀਏ ਗੰਧਮ ਦੀ ਕਾਸ਼ਤ ਇੱਥੇ ਹੋ ਚੁੱਕੀ ਹੈ ਬਿਜਲੀ ਅੱਛੀ ਤਰ੍ਹਾਂ ਚੈੱਕ ਕਰ ਲੋ ਇਹ ਗੰਦਮ ਦੀ ਫਸਲ ਅੱਛੀ ਤਰ੍ਹਾਂ ਇਹ ਵੇਖ ਲੋ ਇਹ ਤੁਹਾਡੇ ਭਰਾਵਾਂ ਦੇ ਸਾਹਮਣੇ ਇਹ ਵੇਖੋ ਦੋਸਤੋ ਇਹ ਆਪਣੇ ਕੋਲੇ 5 ਕਨਾਲ ਜ਼ਮੀਨ ਹੈ ਤੇ ਤਕਰੀਬਨ ਇਹਦਾ 250 ਫੁੱਟ ਫਰੰਟ ਕਮਜ਼ ਕਮ 250 ਤੋਂ 300 ਫੁੱਟ ਹੋ ਸਕਦਾ ਜੀ ਇਸ 카ਰਪਟ ਰੋਡ ਤੇ ਇਹਦਾ ਫਰੰਟ ਜੀ ਦੋਸਤੋ ਇਹਦੀ ਬੜੀ ਖਾਸ ਲੋਕੇਸ਼ਨ ਹੈਗੀ ਏ ਤੁਸੀਂ ਇਹਨੂੰ ਇਹ ਜ਼ਮੀਨ ਨੂੰ ਕਿਸੇ ਵੀ ਲਿਹਾਜ਼ ਨਾਲ ਇਸਤੇਮਾਲ ਕਰ ਸਕਦੇ ਜੀ ਆਪਣੀ ਜ਼ਮੀਨ ਦੇ ਦਾਏ ਬਾਏ ਜਦੋਂ ਤੁਸੀਂ ਦੋਸਤ ਮੌਕੇ ਤੇ ਆਉਂਗੇ ਨਾ ਆਪਾਂ ਤੁਹਾਨੂੰ ਵਿਖਾਵਾਂਗੇ ਜ਼ਮੀਨ ਦੇ ਦਾਏ ਬਾਏ ਜ਼ੈਤੂਨ ਦਾ ਬਾਗ ਲੱਗਿਆ ਹੋਇਆ ਹੈ ਜਿਹੜਾ ਕਿ ਬਿਲਕੁਲ ਤਿਆਰ ਹੈ ਯਾਨੀ ਕਿ ਬਾਗਾਤ ਏਰੀਆ ਹੈ ਇੱਥੇ ਆਸ-ਪਾਸ ਬਾਗਾਤ ਮੌਜੂਦ ਨੇ ਤੇ ਖਾਸ ਤੌਰ ਤੇ ਸੱਜੇ ਖੱਬੇ ਯਾਨੀ ਕਿ ਦਾਏ ਬਾਏ ਜ਼ੈਤੂਨ ਦਾ ਫੁੱਲ ਬਾਗ ਹੈ ਜਿਹੜਾ ਕਿ ਫਲ ਦੇ ਰਿਹਾ ਹੈ ਦੋਸਤੋ ਇਹ ਵੱਡਾ ਕਾਰਪੋਰੇਟ ਰੋਡ ਹੈ ਤੁਹਾਨੂੰ ਤੁਸੀਂ ਆਪਣਾ ਕੋਈ ਨਿਜ਼ਾਮ ਵੀ ਚਲਾ ਸਕਦੇ ਜੀ ਕਿਸੇ ਵੀ ਕਿਸਮ ਦੀ ਫਾਰਮਿੰਗ ਦੇ ਸ਼ੌਕੀਨ ਹਜ਼ਰਤ ਤੇ ਇਨਵੈਸਟਰ ਹਜ਼ਰਤ ਵਾਸਤੇ ਇਹ ਬਹੁਤ ਖਾਸ ਮੌਕਾ ਹੈਗਾ ਜੀ ਸ਼ਹਿਰ ਇੰਤਹਾਈ ਕਰੀਬ ਹੈ ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਯਾਨੀ ਕਿ ਤਹਿਸੀਲ ਵੀ ਚਕਵਾਲ ਜ਼ਿਲ੍ਹਾ ਵੀ ਚਕਵਾਲ ਤੇ হাজী ਅਰਫਾਨ ਅਬਾਦ ਸਾਹਿਬ ਜਿਵੇਂ ਕਿ ਮੇਰੇ ਭਰਾਵਾਂ ਨੂੰ ਪਤਾ ਹੈ ਕਿ ਆਪਣੇ ਨਾਲ ਕੰਮ ਕਰਦੇ ਆਪਣਾ ਕੰਮ ਇਕੱਠਾ ਹੈਗਾ ਜੀ ਇਹਨੇ ਕਿ ਤੁਹਾਨੂੰ ਗਰੰਟੀ ਖਾਲੀ ਹਾਜੀ ਸਾਹਿਬ ਨੇ ਦੇਣੀ ਹੈ ਦੋਸਤੋ ਹਾਜੀ ਸਾਹਿਬ ਆਪਾਂ ਨੂੰ ਜਿਹੜੀ ਵੀ ਜ਼ਮੀਨ ਦੀ ਵੀਡੀਓ ਸੈਂਡ ਕਰਦੇ ਨੇ ਉਹਦੇ ਵਿੱਚ ਆਪਣੀ ਵੀ ਗਰੰਟੀ ਹੋਏ ਕਿਉਂਕਿ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਕਾਫੀ ਅਰਸਾ ਗੁਜ਼ਰ ਚੁੱਕਾ ਹੈ ਕਾਫੀ ਸਾਲ ਗੁਜ਼ਰ ਚੁੱਕੇ ਨੇ ਕਿ ਆਪਾਂ ਹਾਜੀ ਸਾਹਿਬ ਦੇ ਨਾਲ ਕੰਮ ਕਰਦੇ ਪਏ ਆ ਤੇ ਅੱਜ ਤੱਕ ਕਿਸੇ ਰਕਬੇ ਵਿੱਚ 1% ਵੀ ਕੋਈ ਮਸਲਾ ਪੇਸ਼ ਨਹੀਂ ਆਇਆ ਤਮਾਮ ਰਕਬਾ ਆਪਾਂ ਪਹਿਲੇ ਕਲੀਅਰ ਕਰਦੇ ਹੁੰਨੇ ਆ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ਡ ਰਿਕਾਰਡ ਸ਼ੁਦਾ ਇਹ ਆਪਣੇ ਕੋਲੇ ਇਹ ਪੰਜ ਕਨਾਲ ਜ਼ਮੀਨ ਹੈ ਕਾਰਪਟ ਰੋਡ ਭਰਾਵਾਂ ਨੂੰ ਬਾਰ ਬਖਾਰ ਦਿਖਾ ਦੇ ਪਿਆ ਇਸ ਕਾਰਪਟ ਰੋਡ ਤੇ ਤਕਰੀਬਨ 2200 ਤੋਂ 2200 ਤੋਂ 300 ਫੁੱਟ ਫਰੰਟ ਹੈ ਜੇ ਇਸ ਕਾਰਪਟ ਰੋਡ ਤੇ ਆਪਣੀ ਜ਼ਮੀਨ ਦਾ ਤੇ نیچے ਦੋਸਤਾਂ ਨੂੰ 80 ਫੁੱਟ ਤੇ ਸ਼ਰਤੀਆ ਮਿੱਠਾ ਪਾਣੀ ਮਿਲੇਗਾ ਕਿ نیچے 80 ਫੁੱਟ ਤੇ ਸ਼ਰਤੀਆ ਮਿੱਠਾ ਪਾਣੀ ਤੇ ਬੇਸ਼ੁਮਾਰ ਪਾਣੀ ਮੌਜੂਦ ਹੈ ਕਮ ਕੀਮਤ ਵਿੱਚ ਜ਼ਰਾਈ ਐਂਡ ਕਮਰਸ਼ੀਅਲ ਤੁਸੀਂ ਇਹਨੂੰ ਕਿਸੇ ਵੀ ਲਿਹਾਜ਼ ਨਾਲ ਇਸਤੇਮਾਲ ਕਰ ਸਕਦੇ ਜੀ ਖਾਸ ਤੌਰ ਤੇ ਬਾਗਾਂ ਐਂਡ ਫਾਰਮਿੰਗ ਤੇ ਦੋਸਤੋ ਆਪਣੇ ਕੋਲੇ 5 ਕਨਾਲ ਜ਼ਮੀਨ ਹੈ ਇਹਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਕਨਾਲ ਦੇ ਹਿਸਾਬ ਨਾਲ 5 ਲੱਖ ਰੁਪਇਆ ਦੋਸਤੋ 5 ਲੱਖ ਰੁਪਇਆ ਫੀ ਕਨਾਲ ਦੇ ਹਿਸਾਬ ਨਾਲ ਡਿਮਾਂਡ ਹੈ ਤੇ ਮੁਕੰਮਲ ਜ਼ਮੀਨ ਦੀ ਡਿਮਾਂਡ ਕੀਤੀ ਜਾਵੇ ਤੇ 25 ਲੱਖ ਰੁਪਇਆ ਯਾਨੀ ਕਿ 5 5 25 5 ਲੱਖ ਰੁਪਇਆ ਫੀ ਕਨਾਲ ਤੇ 25 ਲੱਖ ਰੁਪਇਆ ਇਹ ਮੁਕੰਮਲ 5 ਕਨਾਲ ਜ਼ਮੀਨ ਦੀ ਡਿਮਾਂਡ ਹੈਗੀ ਜੇ ਸਮਰ ਸਕ੍ਰੀਨ ਤੇ ਦੋਸਤਾਂ ਨੂੰ ਹਾਜ਼ਰੀ ਅਰਫਾਨ ਅਬਾਦ ਸਾਹਿਬ ਦੇ ਦੋਵੇਂ ਨੰਬਰ ਮਿਲ ਗਏ ਹੋਣਗੇ ਤੁਹਾਡੀ ਸਹੂਲਤ ਵਾਸਤੇ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਦੋਸਤਾਂ ਨੂੰ ਆਸਾਨੀ ਲੱਗੇ ਤੁਸੀਂ رابطہ ਕਰਨਾ ਜੇ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਤੇ ਨੰਬਰ نیچے ਵਾਲਾ ਜੜਾ ਕੇ WhatsApp ਤੇ ਤੇ ਕਿਸੇ دوست ਨਾਲ ਗੱਲ ਕਰਨੀ ਹੋਵੇ ਮੇਰੇ ਨਾਲ ਮੈਂ ਦੋਸਤਾਂ ਨੂੰ ਹਰ ਮੂਵੀ ਦੇ ਵਿੱਚ ਗੱਲ ਕਰਦਾ ਹੁੰਨਾ ਕਿ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ WhatsApp ਨੰਬਰ ਕਾਲ ਨੰਬਰ ਨਹੀਂ ਕਿਉਂਕਿ ਅਕਸਰ ਕਾਲ ਦੇ ਵਿੱਚ ਅਗਾ ਪਿਛਾ ਹੁੰਦਾ ਹੈ ਅਕਸਰ ਕਾਲ ਦੇ ਵਿੱਚ ਲੇਟ ਹੁੰਦੀ ਹੈ ਲੇਕਿਨ WhatsApp ਦੇ ਵਿੱਚ ਲੇਟ ਨਹੀਂ ਹੋ ਸਕਦੀ ਤੁਸੀਂ WhatsApp ਤੇ ਵੌਇਸ ਮੈਸੇਜ ਕਰਨਾ ਚੈਟ ਕਰਨੀ ਤੁਹਾਨੂੰ ਫੌਰਨ ਰਿਪਲਾਈ ਮਿਲਣੀ ਤੇ ਦੋਸਤੋ ਇਨਸ਼ਾ ਅੱਲਾਹ ਤਾਲਾ ਬਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼